ਇੱਕ ਵੀਡੀਓ ਬਿਆਨ ਜਾਰੀ ਕਰਕੇ ਸੁਸ਼ਾਂਤ ਸਿੰਘ ਰਾਜਪੂਤ ਦੇ ਪਿਤਾ ਨੇ ਕਿਹਾ ਹੈ ਕਿ ਰੀਆ ਚੱਕਰਵਰਤੀ ਉਹਨਾਂ ਦੇ ਪੁੱਤਰ ਦੀ ਕਾਤਲ ਹੈ ਤੇ ਜਾਂਚ ਏਜੰਸੀ ਨੂੰ ਰੀਆ ਨੂੰ ਫੌਰਨ ਗ੍ਰਿਫਤਾਰ ਕਰਨਾ ਚਾਹੀਦਾ ਹੈ। ਸੁਸ਼ਾਂਤ ਸਿੰਘ ਰਾਜਪੂਤ ਦੇ ਪਿਤਾ ਦਾ ਇਹ ਬਿਆਨ ਨੈਸ਼ਨਲ ਨਾਰਕੋਟਿਕਸ ਬਿਊਰੋ ਵੱਲੋਂ ਰੀਆ ਚੱਕਰਵਰਤੀ ਖਿਲਾਫ NDPS ਦੀ ਧਾਰਾ 27 ਅਤੇ 29 ਤਹਿਤ ਮਾਮਲਾ ਦਰਜ ਹੋਣ ਤੋਂ ਠੀਕ ਇੱਕ ਦਿਨ ਬਾਅਦ ਆਇਆ ਹੈ। ਇਹਨਾਂ ਧਾਰਾਵਾਂ ਤਹਿਤ ਮਾਮਲਾ ਉਦੋਂ ਦਰਜ ਕੀਤਾ ਜਾਂਦਾ ਹੈ ਜਦੋਂ ਕੋਈ ਨਾਰਕੋਟਿਕਸ ਡਰੱਗ ਜਾਂ ਸਾਈਕੋਪੈਥਿਕ ਡਰੱਗ ਦਾ ਸੇਵਨ ਕਰਦਾ ਹੈ। ਧਾਰਾ 29 ਅਪਰਾਧਿਕ ਸਾਜ਼ਿਸ਼ ਲਈ ਲਗਾਈ ਜਾਂਦੀ ਹੈ। ਖਬਰ ਏਜੰਸੀ NI ਮੁਤਾਬਕ NCB ਦੇ ਡਾਇਰੈਕਟਰ ਨੇ ਇਸ ਮਾਮਲੇ ਦੀ ਜਾਂਚ ਲਈ ਟੀਮ ਬਣਾ ਦਿੱਤੀ ਹੈ। ਉਧਰ ਰੀਆ ਚੱਕਰਵਰਤੀ ਨੇ ਇੰਡੀਆ ਟੂਡੇ ਵਿੱਚ ਦਿੱਤੇ ਇੱਕ ਇੰਟਰਵਿਊ ਵਿੱਚ ਸੁਸ਼ਾਂਤ ਸਿੰਘ ਦੀ ਮਾਨਸਿਕ ਹਾਲਤ ਖਰਾਬ ਹੋਣ ਬਾਰੇ ਜ਼ਿਕਰ ਕੀਤਾ ਹੈ। ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ 14 ਜੂਨ ਨੂੰ ਮੁੰਬਈ ਦੇ ਆਪਣੇ ਘਰ ਵਿੱਚ ਮ੍ਰਿਤ ਪਾਏ ਗਏ ਸਨ। ਪਹਿਲਾਂ ਇਸ ਮਾਮਲੇ ਦੀ ਜਾਂਚ ਮੁੰਬਈ ਪੁਲਿਸ ਕਰ ਰਹੀ ਸੀ। ਸ਼ੁਰੂ ਵਿੱਚ ਸੁਸ਼ਾਂਤ ਦੀ ਮੌਤ ਨੂੰ ਖੁਦਕੁਸ਼ੀ ਕਿਹਾ ਗਿਆ। ਫਿਰ ਸੁਪਰੀਮ ਕੋਰਟ ਵਿੱਚ ਇਸ ਮਾਮਲੇ ਦੀ ਜਾਂਚ CBI ਤੋਂ ਕਰਾਉਣ ਦੀ ਮੰਗ ਕੀਤੀ ਗਈ। 29 ਅਗਸਤ ਨੂੰ ਸੁਪਰੀਮ ਕੋਰਟ ਨੇ ਇਸ ਮਾਮਲੇ ਦੀ ਜਾਂਚ CBI ਨੂੰ ਸੌਂਪ ਦਿੱਤੀ। ਬੀਤੇ ਕੁਝ ਹਫ਼ਤਿਆਂ ਤੋਂ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ਵਿੱਚ TV ਚੈਨਲਾਂ ਅਤੇ ਸੋਸ਼ਲ ਮੀਡੀਆ 'ਤੇ ਵੱਡੇ ਪੱਧਰ 'ਤੇ ਚਰਚਾ ਹੋ ਰਹੀ ਹੈ। ਸੁਸ਼ਾਂਤ ਸਿੰਘ ਰਾਜਪੂਤ ਦੇ ਮਾਮਲੇ ਨਾਲ ਕਈ ਏਜੰਸੀਆਂ ਜੁੜਦੀਆਂ ਜਾ ਰਹੀਆਂ ਨੇ। ਮਹਾਰਾਸ਼ਟਰ ਦੇ ਮਨੁੱਖੀ ਅਧਿਕਾਰ ਕਮਿਸ਼ਨ ਨੇ ਮੁੰਬਈ ਪੁਲਿਸ ਅਤੇ ਕੂਪਰ ਹਸਪਤਾਲ ਨੂੰ ਨੋਟਿਸ ਜਾਰੀ ਕੀਤਾ ਹੈ। ਇਸ ਨੋਟਿਸ ਵਿੱਚ ਕਿਹਾ ਗਿਆ ਹੈ ਕਿ ਜਿਸ ਮੁਰਦਾ ਘਰ ਵਿੱਚ ਸੁਸ਼ਾਂਤ ਦੀ ਲਾਸ਼ ਸੀ ਉੱਥੇ ਰੀਆ ਚੱਕਰਵਰਤੀ ਨੂੰ ਜਾਣ ਦੀ ਇਜਾਜ਼ਤ ਕਿਉਂ ਦਿੱਤੀ ਗਈ। ਰੀਆ ਚੱਕਰਵਰਤੀ ਨੇ ਇੰਡੀਆ ਟੂਡੇ ਰਾਜਦੀਪ ਸਰਦੇਸਾਈ ਨਾਲ ਗੱਲਬਾਤ ਦੌਰਾਨ ਕਿਹਾ, ਜਦੋਂ ਮੈਂ ਅਤੇ ਸੁਸ਼ਾਂਤ ਸਿੰਘ ਰਾਜਪੂਤ October 2019 ਵਿੱਚ ਯੂਰਪ ਦੇ ਇੱਕ ਟੂਰ 'ਤੇ ਗਏ ਸੀ, ਉਸ ਵੇਲੇ ਮੈਨੂੰ ਸੁਸ਼ਾਂਤ ਦੇ ਮਾਨਸਿਕ ਹਾਲਤ ਬਾਰੇ ਪਤਾ ਲੱਗਿਆ ਸੀ। ਰੀਆ ਨੇ ਇਹ ਵੀ ਕਿਹਾ ਕਿ ਉਹ ਸੁਸ਼ਾਂਤ ਦੇ ਪੈਸਿਆਂ 'ਤੇ ਨਹੀਂ ਜਿਉਂ ਰਹੀ ਸੀ, ਸਗੋਂ ਸੁਸ਼ਾਂਤ ਹੀ ਆਲੀਸ਼ਾਨ ਜ਼ਿੰਦਗੀ ਜਿਉਣ ਦਾ ਸ਼ੌਕੀਨ ਸੀ। ਸੁਸ਼ਾਂਤ ਸਿੰਘ ਰਾਜਪੂਤ ਦੀ ਮਾਨਸਿਕ ਹਾਲਤ ਦਾ ਪਤਾ ਲੱਗਣ ਬਾਰੇ ਪੁੱਛੇ ਸਵਾਲ 'ਤੇ ਰੀਆ ਨੇ ਕਿਹਾ, ਜਦੋਂ ਅਸੀਂ ਯੂਰਪ ਲਈ ਨਿਕਲ ਰਹੇ ਸੀ ਤਾਂ ਸੁਸ਼ਾਂਤ ਨੇ ਦੱਸਿਆ ਕਿ ਉਸਨੂੰ ਫਲਾਈਟ ਵਿੱਚ ਘੁੱਟਣ ਮਹਿਸੂਸ ਹੋ ਰਹੀ ਹੈ। ਉਸਨੇ ਬਿਨਾਂ ਕਿਸੇ ਪ੍ਰਿਸਕ੍ਰਿਪਸ਼ਨ ਤੋਂ ਮੋਡਾਫਿਨਲ ਦਵਾਈ ਖਾ ਲਈ। ਜਦੋਂ ਅਸੀਂ ਪੈਰਿਸ ਪਹੁੰਚੇ ਤਾਂ ਉਹ 3 ਦਿਨ ਆਪਣੇ ਕਮਰੇ ਤੋਂ ਬਾਹਰ ਨਹੀਂ ਨਿਕਲਿਆ। ਟ੍ਰਿਪ ਤੋਂ ਪਹਿਲਾਂ ਹੀ ਉਸਨੇ ਕਿਹਾ ਸੀ ਕਿ ਉਹ ਬਹੁਤ ਖੁਸ਼ ਸੀ। ਉਸਨੇ ਮੈਨੂੰ ਕਿਹਾ ਸੀ ਕਿ ਉਹ ਬਹੁਤ ਉਤਸ਼ਾਹਿਤ ਹੈ ਅਤੇ ਟ੍ਰਿਪ ਦੌਰਾਨ ਉਹ ਆਪਣਾ ਅਸਲੀ ਪੱਖ ਦਿਖਾਵੇਗਾ। ਇੱਕ ਨਜ਼ਰ ਮਾਰਦਿਆਂ ਰੀਆ ਚੱਕਰਵਰਤੀ ਦੇ ਬਾਲੀਵੁੱਡ ਵਿੱਚ ਐਂਟਰੀ ਬਾਰੇ, ਰੀਆ ਚੱਕਰਵਰਤੀ ਦਾ ਜਨਮ 1 ਜੁਲਾਈ 1992 ਨੂੰ ਕਰਨਾਟਕ ਵਿੱਚ ਇੱਕ ਬੰਗਾਲੀ ਪਰਿਵਾਰ ਵਿੱਚ ਹੋਇਆ। ਰੀਆ ਨੇ ਆਪਣੀ ਸ਼ੁਰੂਆਤੀ ਪੜ੍ਹਾਈ ਆਰਮੀ ਸਕੂਲ ਅੰਬਾਲਾ ਤੋਂ ਕੀਤੀ ਹੈ। ਰੀਆ ਚੱਕਰਵਰਤੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ 2009 ਵਿੱਚ ਛੋਟੇ ਪਰਦੇ ਦੇ MTV ਰਿਐਲਿਟੀ ਸ਼ੋਅ ਟੀਨ ਡੀਵਾ ਤੋਂ ਕੀਤੀ। ਉਹ ਸ਼ੋਅ ਦੀ ਜੇਤੂ ਤਾਂ ਨਹੀਂ ਰਹੀ ਪਰ ਦੂਜੇ ਸਥਾਨ 'ਤੇ ਜ਼ਰੂਰ ਰਹੀ। ਉਸ ਤੋਂ ਬਾਅਦ ਉਹ MTV ਦੇ ਕਈ ਸ਼ੋਅਜ਼ ਨੂੰ ਹੋਸਟ ਕਰਦੀ ਨਜ਼ਰ ਆਈ, ਜਿਵੇਂ MTV ਵਟਸਐਪ, ਟਿਕਟੋਕ ਕਾਲਜ ਬੀਟ ਅਤੇ MTV ਗੋਨ ਇਨ 60। ਛੋਟੇ ਪਰਦੇ 'ਤੇ ਕੰਮ ਕਰਨ ਤੋਂ ਬਾਅਦ ਰੀਆ ਚੱਕਰਵਰਤੀ ਨੇ ਦੱਖਣੀ ਭਾਰਤੀ ਫਿਲਮਾਂ ਵਿੱਚ ਕੰਮ ਕਰਨਾ ਸ਼ੁਰੂ ਕੀਤਾ। 2012 ਵਿੱਚ ਉਸਨੂੰ ਪਹਿਲੀ ਤੇਲਗੂ ਫਿਲਮ ਮਿਲੀ ਅਤੇ ਫਿਰ 2013 ਵਿੱਚ ਪਹਿਲੀ ਬਾਲੀਵੁੱਡ ਫਿਲਮ ਮੇਰੇ ਡੈਡ ਕੀ ਮਾਰੂਤੀ ਵਿੱਚ ਕੰਮ ਕੀਤਾ। ਇਸ ਫਿਲਮ ਵਿੱਚ ਰੀਆ ਦੇ ਨਾਲ ਨਜ਼ਰ ਆਏ ਸਾਕਿਬ ਸਲੀਮ। 2014 ਵਿੱਚ ਰੀਆ ਨੇ ਅਲੀ ਫਜ਼ਲ ਦੇ ਨਾਲ ਫਿਲਮ ਸੋਨਾਲੀ ਕੇਬਲ ਵਿੱਚ ਕੰਮ ਕੀਤਾ। 2014 ਤੋਂ ਬਾਅਦ 2017 ਵਿੱਚ ਰੀਆ ਨੂੰ ਯਸ਼ਰਾਜ ਬੈਨਰ ਦੀ ਫਿਲਮ ਬੈਂਕ ਚੋਰ ਅਤੇ ਉਸੇ ਸਾਲ ਫਿਲਮ ਹਾਫ ਗਰਲਫ੍ਰੈਂਡ ਵਿੱਚ ਕੰਮ ਮਿਲਿਆ ਅਤੇ ਉਸ ਤੋਂ ਬਾਅਦ ਉਹ ਸੀ ਯੋਰ ਏਵਿਲ ਵਿੱਚ ਇੱਕ ਛੋਟੀ ਜਿਹੀ ਭੂਮਿਕਾ ਵਿੱਚ ਨਜ਼ਰ ਆਈ। 2018 ਵਿੱਚ ਰੀਆ ਚੱਕਰਵਰਤੀ ਨੂੰ ਵੱਡਾ ਮੌਕਾ ਫਿਲਮ ਜਲੇਬੀ ਤੋਂ ਮਿਲਿਆ। ਰੀਆ ਚੱਕਰਵਰਤੀ ਨੇ 4 ਫਿਲਮਾਂ ਵਿੱਚ ਅਹਿਮ ਕਿਰਦਾਰ ਨਿਭਾਏ ਪਰ ਉਹ ਸਾਰੀਆਂ ਫਿਲਮਾਂ ਬਾਕਸ ਆਫਿਸ 'ਤੇ ਚੰਗੀ ਕਮਾਈ ਨਹੀਂ ਕਰ ਸਕੀਆਂ। ਰੀਆ ਚੱਕਰਵਰਤੀ ਅਤੇ ਸੁਸ਼ਾਂਤ ਸਿੰਘ ਰਾਜਪੂਤ ਮੰਨੇ ਪ੍ਰਮੰਨੇ ਨਿਰਦੇਸ਼ਕ ਰੂਮੀ ਜਾਫਰੀ ਦੀ ਫਿਲਮ ਵਿੱਚ ਨਜ਼ਰ ਆਉਣ ਵਾਲੇ ਸਨ। ਇਸ ਫਿਲਮ ਦਾ ਟਾਈਟਲ ਹਾਲੇ ਤੱਕ ਸਾਹਮਣੇ ਨਹੀਂ ਆਇਆ ਸੀ। ਮੰਨਿਆ ਜਾ ਰਿਹਾ ਕਿ ਰੀਆ ਕਿਸੇ ਪਾਰਟੀ ਵਿੱਚ ਸੁਸ਼ਾਂਤ ਸਿੰਘ ਰਾਜਪੂਤ ਨੂੰ ਮਿਲੀ ਸੀ ਅਤੇ ਦੋਵੇਂ ਜਿਮ ਵਿੱਚ ਇਕੱਠੇ ਜਾਇਆ ਕਰਦੇ ਸਨ।